ਤਾਹੀਂ ਦੱਸਾਂ ਹਾਂ ਕੁਝ ਵੀ ਹਾਂ ਮੈਂ ਇਹ ਦੇਖਣਾ ਆਇਆ ਮੈਂ ਦੱਸ ਦੇਗਾ ਬਈ ਇੱਥੇ ਇਹ ਜਿਹਾ ਕੁਝ ਹੈ ਜਿਹੜਾ ਲੱਭ ਰਹੇ ਆ ਇਹ ਪਹਿਲਾਂ ਜਾਣਾ ਹੁੰਦਾ ਸੀ ਇੱਧਰ ਜੂਮ ਕਰਕੇ ਦਿਖਾ ਮੈਂ ਕਮੈਂਟਰੀ ਕਰਦਾ ਫੁੱਲ ਜੂਮ ਕਰ ਰੱਖਿਆ ਵੀਰੇ ਦੇਖੋ ਜੀ ਇੱਥੇ ਬਾਈ ਦਾ ਪੁਰਾਣਾ ਜਨਮ ਪਹਿਲਾਂ ਇਦਾਂ ਦਾ ਹੁੰਦਾ ਸੀ ਹੁਣ ਸ਼ੁਰੂ ਕਰੋ ਹੁਣ ਇਦਾਂ ਦਾ ਇਹ ਜਨਾਨੀ ਹੁੰਦਾ ਸੀ ਹੁਣ ਬੰਦਾ ਹੋ ਗਿਆ ਉਹਦੇ ਨਾਲ ਥੋੜੀ ਜਿਹੀ ਜਗ੍ਹਾ ਬਣੀ ਹੋਈ ਆ ਇੱਥੇ ਦੇਖੀ ਇੱਥੇ ਇਹ ਜਿਹੜਾ ਭੱਠੇ ਚ ਬਚਾਇਆ ਉਹ ਗਿਰ ਰਿਹਾ ਉਰੇ ਤੇਰਾ ਕੋਈ ਵਿਚਾਰ ਬਈ ਤੇਰਾ ਕੋਈ ਵਿਚਾਰ ਹੋਵੇ ਵੀਰੇ ਇਹਦੇ ਬਾਰੇ ਵਿਚਾਰ ਹੋਵੇ ਕੋਈ ਵਿਚਾਰ ਤਾਂ ਬਸ ਉਹੀ ਹੈ ਇੱਟਾਂ ਦਾ ਚੂਰਾ ਹੈ ਗੋਰਿਆਂ ਨੂੰ ਇੰਡੀਆ ਲੈ ਜਾ ਇੱਥੇ ਦਿਖਾ ਦੀ ਭੱਠੇ ਦੇ ਲੈ ਕੇ ਜਾ ਕੇ ਕਿ ਕਿਲੋਮੀਟਰ ਬਾਅਦ ਆ ਜਾਂਦਾ ਇਹ ਇੱਥੇ ਨਾ ਨਿਸ਼ਾਨੀਆਂ ਲਾਉਂਦੇ ਜਾਇਓ ਰਸਤਾ ਨਾ ਭੁੱਲ ਗਏ ਕਿਹੜਾ ਰੋਗ ਨੂੰ ਬੱਗੀ ਨੂੰ ਮੂਹਰੇ ਹੋ ਗਏ ਸਿੱਧੂ ਨੂੰ ਗਾਣ ਵਾਸਤੇ ਮਸ਼ਹੂਰ ਹੋ ਜੂਗਾ
ਤਾਹੀਂ ਕੱਪੜੇ ਪਾ ਰਹੇ ਨੇ ਪੂਰੇ ਕਿਹੜਾ ਆਉਂਦੇ ਦੇਖ ਲਾਂਗੇ ਉੱਪਰ ਨੂੰ ਘੁੰਮ ਕੇ ਵਗ ਜਾਂਗੇ ਇੰਗਲਿਸ਼ ਨਾਲ ਜ਼ਿਆਦਾ ਹਿੰਦੀ ਬੋਲਦੇ ਨੇ ਹਿੰਦੀ ਤੋਂ ਬਾਅਦ ਮੂਲੇ ਆ ਜਾਂਦੇ ਨੇ ਫਿਰ ਆਪਣੀ ਪੰਜਾਬੀ ਆ ਜਾਂਦੀ ਫਿਰ ਇੰਗਲਿਸ਼ ਆਉਂਦੀ ਆ ਉਹ ਵੀ ਬਲੌਗਰ ਆ ਉਹ ਕਹਿੰਦਾ ਮੈਂ ਸਟਾਰਟ ਕਰ ਹਾਂ ਇਹ ਟੋਬਾ ਬਸ ਇਹ ਮੈਂ ਸਾਈਨ ਲਿਆਂਦੇ ਹੈਗੇ ਲੋਕ ਹੈਗਾ ਤਾਂ ਗਾਂਦਲਾ ਜਿਹਾ ਇਹ ਵੀ ਪਾਣੀ ਨਹੀਂ ਫੁੱਲ ਬੂਟੇ ਨੇ ਪਾਣੀ ਜੂਸ ਕਹਿੰਦੇ ਨੇ ਹਾਂ ਸੋਲੇ ਆਈ ਨਾ ਜਿਹਨੇ ਕਰਨ ਕੋਲ ਦੀ ਪਾਣੀ ਥੋੜਾ ਜਿਹਾ ਭਰਾ ਰਿਹਾ ਸੋ ਅਮੇਜ਼ਿੰਗ ਸੋ ਐਲੀਗੈਂਟ ਹੈ ਆਪਾਂ ਤੁਰਦੇ ਹਾਂ ਆਵਾਜ਼ ਨੀ ਆਉਂਦੀ ਜਦੋਂ ਤੁਰਦਾ ਠਾਠਾ ਵੀ ਜਾਂਦਾ ਵਜਣ ਜ਼ਿਆਦਾ ਕਿੱਡੇ ਕਿੱਡੇ ਨੇ ਕਾਣਾ ਮਾਰਦੀ ਮੈਂ ਜੁੱਦਾਂ ਬਹੁਤ ਵਰਾਈਟੀਆਂ ਨੇ ਫੁੱਲਾਂ ਦੀ ਸਾਨੂੰ ਪੜ੍ਹਨਾ ਨਹੀਂ ਆਉਂਦਾ ਬਈ ਦੇਖ ਲਓ ਪੜ੍ਹਨਾ ਨਹੀਂ ਆਉਂਦਾ ਥੋੜਾ ਪ੍ਰਭਾਵ ਪੈ ਗਿਆ ਦੋ ਦਿਨ ਬਾਅਦ ਬਾਕੀ ਹਜੇ ਪਾਣਾ
ਕੰਮ ਨਹੀਂ ਕਰਦੇ ਇਹਨਾਂ ਤੋਂ। ਦੇਖ ਲਓ ਜੇ ਦੇਖਣਾ ਕੁਛ। ਕਿਹੜੀ ਟਾਇਲ ਇਹ ਜਾ ਆਇਆ ਤੈਨੂੰ ਪਤਾ ਹੈ। ਮੈਕਸੀਕੋ ਪਹੁੰਚਣ ਵਾਲੀ ਆ ਬਈ, ਆਹ ਕੰਮ ਨਾ ਕਰਿਓ, ਏਜੰਟਾਂ ਦੇ ਧੱਕੇ ਨਾ ਚੜਿਓ, ਆਈਲੈਟਸ ਕਰਕੇ ਇੱਕ ਨੰਬਰ ਚ ਆ ਜਾਓ, ਵਧੀਆ ਰਹੂੰਗੇ। ਜੰਗਲਾਂ ਚ ਬਹੁਤ ਔਖਾ, ਦੇਖੋ ਕਿੰਨੇ ਜਾਨਵਰ ਨੇ। ਬਾਅਦ ਚ ਬਾਈ ਦੇ ਦਿਖਾ ਦਾਂਗੇ ਹਾਲ ਕੀ ਹੋ ਰਿਹਾ, ਬੁਰਾ ਹਾਲ ਹੋ ਗਿਆ ਬਾਈ, ਬੁਰਾ ਹਾਲ ਦੇ ਗੱਟੇ ਗੱਟੇ ਜੀ ਘਾਸ ਕਰਕੇ ਦਿਖਾ। ਉਹ ਪਾਣੀ ਥੋੜਾ ਦੂਰ ਵਗਿਆ, ਜਿਆਦਾ ਆਉਣੀ ਦੀ ਫਿਰ ਮੋਟਰ ਵਾਲੀ ਨਾ, ਰੋਟੀ ਵਾਲਾ ਡੱਬਾ ਚੱਕ ਲਿਆਂਦੇ ਗੁਲਾਬੀ ਬੂਟ। ਬਿਜ਼ਨਸ ਮੀਟਿੰਗ ਬਹੁਤ ਜ਼ਰੂਰੀ। ਆਸਟ੍ਰੇਲੀਆ ਦਾ ਟੋਪਾ ਵੱਡਾ ਟੋਪਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਯਾਰ।